ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦਵਿੰਦਰ ਸਿੰਘ ਅਤੇ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ ਟੈਕੀ ਐਂਡ ਟਰੈਵਲ ਵਿੱਚ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਜੇ ਆਪਾਂ ਡਿਸਟੈਂਸ ਐਜੂਕੇਸ਼ਨ ਦੇ ਸਟੂਡੈਂਟ ਹਾਂ ਤਾਂ ਕਿਸ ਤਰੀਕੇ ਦੇ ਨਾਲ ਆਪਾਂ ਪ੍ਰੋਵੀਜ਼ਨਲ ਡਿਗਰੀ ਲਈ ਅਪਲਾਈ ਕਰ ਸਕਦੇ ਹਾਂ। ਈਵਨ ਪ੍ਰੋਵੀਜ਼ਨਲ ਡਿਗਰੀ ਹੀ ਨਹੀਂ, ਹੋਰ ਵੀ ਬਹੁਤ ਸਾਰੇ ਸਰਟੀਫਿਕੇਟ ਹਨ ਜਿਨ੍ਹਾਂ ਦੇ ਲਈ ਅਸੀਂ ਔਨਲਾਈਨ ਹੀ ਮੀਨਸ ਘਰ ਬੈਠੇ ਹੀ ਅਪਲਾਈ ਕਰ ਸਕਦੇ ਹਾਂ। ਅਤੇ ਇੱਥੇ ਤੱਕ ਕਿ ਸਾਨੂੰ ਯੂਨੀਵਰਸਿਟੀ ਜਾਣ ਦੀ ਵੀ ਜ਼ਰੂਰਤ ਨਹੀਂ ਹੈ, ਅਸੀਂ ਉਹਨਾਂ ਡਾਕੂਮੈਂਟਸ ਨੂੰ ਘਰ ਵੀ ਮੰਗਾ ਸਕਦੇ ਹਾਂ। ਮੀਨਸ ਸਾਡੇ ਕੋਲ ਦੋ ਆਪਸ਼ਨ ਹੋਣਗੀਆਂ, ਜਾਂ ਤਾਂ ਅਸੀਂ ਖੁਦ ਉੱਥੇ ਜਾ ਕੇ ਲੈ ਆਈਏ, ਜਾਂ ਅਸੀਂ ਘਰ ਹੀ ਉਹਨਾਂ ਨੂੰ ਕੀ ਕਰ ਸਕਦੇ ਹਾਂ, ਮੰਗਾ ਸਕਦੇ ਹਾਂ। ਅਤੇ ਪ੍ਰੋਵੀਜ਼ਨਲ ਡਿਗਰੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸਰਟੀਫਿਕੇਟ ਨੇ ਜੋ ਅਸੀਂ ਅਪਲਾਈ ਕਰ ਸਕਦੇ ਹਾਂ? ਇੱਕ ਹੁੰਦਾ ਹੈ ਡਾਇਰੈਕਟ ਇਨਰੋਲਮੈਂਟ ਸਰਟੀਫਿਕੇਟ ਕਿ ਤੁਸੀਂ ਉੱਥੇ ਦਾਖਲਾ ਲਿਆ ਹੋਇਆ ਹੈ। ਇੱਕ ਹੁੰਦਾ ਹੈ ਇੰਡੀਕੇਟਿਵ ਮਾਰਕਸ ਮੀਨਸ ਮਾਰਕਸ਼ੀਟ ਤੁਹਾਡੀ, ਠੀਕ ਹੈ। ਇੱਕ ਹੁੰਦਾ ਹੈ ਜਿੱਦਾਂ ਫੋਰਨ ਜਾਣ ਲਈ ਕਈ ਵੇਲੇ ਲੋੜ ਪੈਂਦੀ ਹੈ ਮੀਡੀਅਮ ਆਫ ਇੰਸਟਰਕਸ਼ਨ, ਮੀਨਸ ਤੁਸੀਂ ਕਿਸ ਮੀਡੀਅਮ ਦੇ ਵਿੱਚ ਸਟੱਡੀ ਕਰ ਰਹੇ ਹੋ, ਠੀਕ ਹੈ ਜੀ। ਇੱਕ ਹੁੰਦਾ ਹੈ ਮਾਈਗ੍ਰੇਸ਼ਨ ਸਰਟੀਫਿਕੇਟ ਤੁਹਾਡਾ, ਜਿਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਕਿਸੇ ਹੋਰ ਇੰਸਟੀਚਿਊਟ ਜਾਂ ਕਹਿ ਲਓ ਹੋਰ ਕਿਸੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਦੈਨ ਉਸ ਕੇਸ ਦੇ ਵਿੱਚ ਤੁਹਾਨੂੰ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਵੀ ਕਈ ਟਾਈਮ 'ਤੇ ਲੋੜ ਪੈਂਦੀ ਹੈ। ਦੈਨ ਉਹ ਮਾਈਗ੍ਰੇਸ਼ਨ ਸਰਟੀਫਿਕੇਟ ਵੀ ਤੁਸੀਂ ਘਰ ਬੈਠੇ ਹੀ ਮੰਗਾ ਸਕਦੇ ਹੋ, ਠੀਕ ਹੈ ਜੀ। ਅਤੇ ਘਰ ਬੈਠੇ ਹੀ ਔਨਲਾਈਨ ਆਪਣੇ ਈ ਕਨੈਕਟ ਦੇ ਅਕਾਊਂਟ 'ਚੋਂ ਅਪਲਾਈ ਕਰ ਸਕਦੇ ਹੋ। ਮਾਈਗ੍ਰੇਸ਼ਨ ਸਰਟੀਫਿਕੇਟ ਤੋਂ ਬਾਅਦ ਹੁੰਦਾ ਹੈ ਕਿ ਤੁਸੀਂ ਪ੍ਰੋਗਰਾਮ ਮੀਨਜ਼ ਆਪਣਾ ਕੋਰਸ ਜਿਹੜਾ ਕੰਪਲੀਟ ਕਰ ਚੁੱਕੇ ਹੋ ਉਹਦਾ ਸਰਟੀਫਿਕੇਟ ਵੀ ਮੰਗਾ ਸਕਦੇ ਹੋ। ਅਤੇ ਪ੍ਰੋਵੀਜ਼ਨਲ ਡਿਗਰੀ ਤਾਂ ਆਪਾਂ ਮੰਗਾ ਹੀ ਸਕਦੇ ਹਾਂ ਜੋ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ। ਅਤੇ ਆਓ ਦੇਖਦੇ ਹਾਂ ਇਹਦੇ ਲਈ ਮੈਂ ਕੀ ਕੀਤਾ ਹੈ। ਆਪਣੇ ਇੱਕ ਫਰੈਂਡ ਦਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਲਿਆ ਹੈ ਜਿਹਨੇ ਕਿ ਆਪਣਾ ਕੋਰਸ ਜਿਹੜਾ ਹੈ ਕੰਪਲੀਟ ਕਰ ਲਿਆ ਹੈ। ਸੋ ਸ਼ਰਤ ਇਹ ਹੈ ਕਿ ਇਹਨਾਂ ਕੁਝ ਸਰਟੀਫਿਕੇਟਸ ਦੇ ਲਈ ਵਿੱਚੋਂ ਕੁਝ ਇੱਦਾਂ ਦੇ ਸਰਟੀਫਿਕੇਟ ਨੇ ਮੀਨਸ ਜਿਨ੍ਹਾਂ ਦੇ ਲਈ ਸਾਨੂੰ ਆਪਣਾ ਜਿਹੜਾ ਕੋਰਸ ਹੈ ਪਹਿਲਾਂ ਕੰਪਲੀਟ ਕਰਨਾ ਪਏਗਾ, ਫਿਰ ਹੀ ਉਹ ਜਿਹੜਾ ਮੈਨਿਊ ਹੈ ਕੰਮ ਕਰੇਗਾ ਜੋ ਸਰਟੀਫਿਕੇਟ ਰਿਕੁਐਸਟ ਵਾਲਾ ਹੈ। ਸੋ ਆਪਾਂ ਕੀ ਕਰਦੇ ਹਾਂ, ਈ ਕਨੈਕਟ ਅਕਾਊਂਟ ਨੂੰ ਖੋਲ੍ਹਾਂਗੇ ਇਹਦੇ ਲਈ। ਸੋ ਮੈਂ ਆਪਣਾ ਬਰਾਊਜ਼ਰ ਚਲਾਉਂਦਾ ਹਾਂ। ਸੋ ਮੇਰੇ ਕੋਲ ਇਸ ਵੇਲੇ ਸਿਰਫ ਮਾਈਕਰੋਸਾਫਟ ਐਜ ਮੈਂ ਯੂਜ਼ ਕਰ ਰਿਹਾ। ਸੋ ਇਹਦੇ ਵਿੱਚ ਮੈਂ ਗੂਗਲ ਹੀ ਓਪਨ ਕਰਾਂਗਾ ਕਿਉਂਕਿ ਈ ਕਨੈਕਟ ਜਲਦੀ ਵੀ ਆਪਾਂ ਡਾਇਰੈਕਟ ਵੀ ਖੋਲ੍ਹ ਸਕਦੇ ਹਾਂ umsecondect ਲਿਖ ਕੇ, ਜਾਂ ਆਪਾਂ ਇੱਥੇ ਗੂਗਲ ਵਿੱਚ ਵੀ ਸਰਚ ਕਰ ਸਕਦੇ ਹਾਂ umsecondect login, ਠੀਕ ਹੈ ਜੀ। ਇਹਦੇ ਵਿੱਚ ਆਪਾਂ ਸਿੱਧਾ ਕੀ ਕਰਾਂਗੇ, ਈ ਕਨੈਕਟ ਲੌਗਇਨ ਤੇ ਜਾਵਾਂਗੇ। ਤੇ ਇੱਥੇ ਮੇਰੇ ਕੋਲੋਂ ਕੀ ਪੁੱਛ ਰਿਹਾ ਹੈ, ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ। ਤੇ ਮੈਂ ਆਪਣਾ ਜੋ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਹੋਏਗਾ ਉਹ ਇੱਥੇ ਫਿਲ ਕਰ ਦੇਵਾਂਗਾ, ਠੀਕ ਹੈ। ਐਂਡ ਇੱਥੇ ਆਪਣਾ ਪਾਸਵਰਡ ਫਿਲ ਕਰਾਂਗਾ। ਸੋ ਇਹ ਮੈਨਿਊ ਤਾਂ ਤੁਸੀਂ ਦੇਖੇ ਹੀ ਹੋਏ ਨੇ, ਅਤੇ ਇਹਨਾਂ ਵਿੱਚ ਇੱਕ ਮੈਨਿਊ ਹੈ ਜਿੱਥੋਂ ਤੁਸੀਂ ਆਪਣਾ ਰਿਜ਼ਲਟ ਵਗੈਰਾ ਵੀ ਚੈੱਕ ਕਰਦੇ ਹੋ, ਠੀਕ ਹੈ। ਉਹ ਹੈ ਜਿੱਦਾਂ ਐਗਜ਼ਾਮ ਕਨੈਕਟ। ਸੋ ਐਗਜ਼ਾਮ ਕਨੈਕਟ ਦੇ ਵਿੱਚ ਤੁਸੀਂ ਨੀਚੇ ਦੇਖੋਗੇ ਸਭ ਤੋਂ ਤਾਂ ਇੱਕ ਕੀ ਹੋ ਰਹੀ ਹੈ ਆਪਸ਼ਨ ਸਾਡੇ ਕੋਲ ਸਰਟੀਫਿਕੇਟ ਰਿਕੁਐਸਟ ਦੀ, ਆਪਾਂ ਇਸ ਆਪਸ਼ਨ ਨੂੰ ਸਿਲੈਕਟ ਕਰਾਂਗੇ। ਅਤੇ ਜਿੱਦਾਂ ਹੀ ਆਪਾਂ ਸਿਲੈਕਟ ਕਰਾਂਗੇ ਤਾਂ ਸਾਡੇ ਸਾਹਮਣੇ ਕੀ ਹੈ, ਕੁਝ ਇੰਸਟਰਕਸ਼ਨਸ ਲਿਖੀਆਂ ਹੋਈਆਂ ਆਉਣਗੀਆਂ। ਸੋ ਪਹਿਲੀ ਇੰਸਟਰਕਸ਼ਨ ਇਹ ਕਹਿੰਦੀ ਹੈ ਕਿ ਸਰਟੀਫਿਕੇਟ ਅਪਲਾਈ ਕਰਨ ਤੋਂ ਪਹਿਲਾਂ ਆਪਣਾ ਨਾਮ, ਫਾਦਰ ਨੇਮ, ਮਦਰ ਨੇਮ ਅਤੇ ਡੇਟ ਆਫ ਬਰਥ ਜਿਹੜਾ ਹੈ ਉਹਨੂੰ ਚੈੱਕ ਕਰ ਲਓ। ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਮਿਸਟੇਕ ਹੈ ਤਾਂ ਸੈਕਿੰਡ ਨੰਬਰ ਜੋ ਲਿਖਿਆ ਹੋਇਆ ਹੈ ਇਹਦੇ ਵਿੱਚ ਇੱਕ ਈਮੇਲ ਐਡਰੈਸ ਦਿੱਤਾ ਹੋਇਆ ਹੈ odl.lpu.co.in, ਇਹਦੇ ਵਿੱਚ ਤੁਸੀਂ ਆਪਣੇ 10th ਦੇ ਸਰਟੀਫਿਕੇਟ ਦੀ ਜਾਂ ਕਹਿ ਲਓ ਮਾਰਕਸ਼ੀਟ DMC ਦੀ ਕਾਪੀ ਸੈਂਡ ਕਰ ਸਕਦੇ ਹੋ ਸਕੈਨ ਕਰਕੇ, ਤਾਂ ਕਿ ਤੁਹਾਡੇ ਜਿਹੜੇ ਜੋ ਤੁਹਾਡਾ ਨਾਮ ਹੈ ਜਾਂ ਫਾਦਰ ਨੇਮ ਜਾਂ ਕੋਈ ਵੀ ਜਿਸ ਵਿੱਚ ਕਰੈਕਸ਼ਨ ਕਰਨ ਵਾਲੀ ਹੈ ਉਹਨੂੰ ਕਰੈਕਟ ਕੀਤਾ ਜਾ ਸਕੇ। ਟਾਈਮਲਾਈਨ ਦੀ ਜੇ ਗੱਲ ਕਰੀਏ ਕਿ ਕਿੰਨੇ ਦਿਨਾਂ ਵਿੱਚ ਇਹ ਸਰਟੀਫਿਕੇਟ ਮਿਲੇਗਾ, ਤਾਂ ਮੈਕਸੀਮਮ ਯੂਨੀਵਰਸਿਟੀ ਸਾਨੂੰ ਕੀ ਕਹਿੰਦੀ ਹੈ 15 ਡੇਜ਼। ਮੀਨਸ ਕਹਿਣ ਦਾ ਮਤਲਬ ਹੈ ਜੇ ਤੁਸੀਂ 15 ਦਿਨਾਂ ਦੇ ਵਿੱਚ ਇਹ ਸਰਟੀਫਿਕੇਟ ਨਹੀਂ ਕਲੈਕਟ ਕਰਦੇ ਹੋ ਤਾਂ ਇਸ ਸਰਟੀਫਿਕੇਟ ਨੂੰ ਉਹਨਾਂ ਨੇ ਕੀ ਕਰ ਦੇਣਾ ਹੈ, ਡਿਸਟਰੋਏ ਕਰ ਦੇਣਾ ਹੈ। ਅਦਰਵਾਈਜ਼ ਤੁਹਾਡੇ ਕੋਲ ਇੰਟਰਫੇਸ ਦੇ ਵਿੱਚ ਪਹਿਲਾਂ ਹੀ ਲਿਖਿਆ ਆ ਜਾਵੇਗਾ ਕਿ ਕਦੋਂ ਤੁਹਾਡਾ ਸਰਟੀਫਿਕੇਟ ਤੁਹਾਨੂੰ ਕੀ ਹੈ ਇਸ਼ੂ ਹੋਣਾ ਹੈ, ਅਤੇ ਤੁਸੀਂ ਉਸ ਡੇਟ ਨੂੰ ਜਾ ਕੇ ਜਾਂ ਤਾਂ ਕਲੈਕਟ ਕਰ ਲਓ ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਬਾਏ ਪੋਸਟ ਵੀ ਉਹ ਗੈਟ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਹੀ ਇੱਦਾਂ ਅਪਲਾਈ ਕੀਤਾ ਸੀ, ਠੀਕ ਹੈ ਜੀ। ਔਰ ਕੋਈ ਵੀ ਅਮਾਊਂਟ ਇਸ ਕੇਸ ਦੇ ਵਿੱਚ ਰਿਫੰਡ ਨਹੀਂ ਕੀਤਾ ਜਾਏਗਾ ਜੇ ਤੁਸੀਂ ਕੀ ਔਨ ਟਾਈਮ ਆਪਣਾ ਸਰਟੀਫਿਕੇਟ ਲੈਣ ਲਈ ਨਹੀਂ ਪਹੁੰਚਦੇ ਹੋ, ਮੀਨਸ ਬਿਲਕੁਲ 15 ਦਿਨ ਤੋਂ ਵੀ ਡਿਲੇ ਕਰ ਦਿੰਦੇ ਹੋ। ਸੋ ਜੇ ਡਿਲੇ ਹੁੰਦੀ ਹੈ ਕਿਸੇ ਵਜ੍ਹਾ ਨਾਲ, ਮੀਨਸ ਜਿੱਦਾਂ ਕੋਈ ਗੈਜ਼ਟਡ ਹੋਲੀਡੇ ਆ ਗਈ ਔਰ ਤੁਸੀਂ ਉਸ ਦਿਨ ਸਰਟੀਫਿਕੇਟ ਕਲੈਕਟ ਕਰਨਾ ਸੀ, ਦੈਨ ਇਸ ਕੇਸ ਦੇ ਵਿੱਚ ਕੀ ਹੋਏਗਾ, ਇਮੀਡੀਏਟਲੀ ਨੈਕਸਟ ਡੇ ਤੁਸੀਂ ਕੀ ਕਰੋਗੇ, ਉਸ ਸਰਟੀਫਿਕੇਟ ਨੂੰ ਕਲੈਕਟ ਕਰ ਸਕਦੇ ਹੋ।
ਤੇ ਜੋ ਲਾਸਟ ਉਹਨਾਂ ਨੇ ਲਿਖਿਆ ਹੈ ਉਹਦੇ ਵਿੱਚ ਹੈ ਕਿ ਜਦੋਂ ਤੁਸੀਂ ਅਪਲਾਈ ਕਰਨਾ ਹੈ ਸਰਟੀਫਿਕੇਟ ਤਾਂ ਤੁਹਾਨੂੰ ਇੱਕ ਰਿਸਿਪਟ ਮਿਲੇਗੀ ਔਰ ਇੱਕ ਤੁਹਾਡੇ ਲਈ ਟੋਕਨ ਨੰਬਰ ਵੀ ਤੁਹਾਨੂੰ ਐਲੋਕੇਟ ਹੋਏਗਾ। ਮੀਨਸ ਜੇ ਤੁਸੀਂ ਯੂਨੀਵਰਸਿਟੀ ਆ ਕੇ ਇਹ ਸਰਟੀਫਿਕੇਟ ਕਲੈਕਟ ਕਰਨਾ ਚਾਹੁੰਦੇ ਹੋ ਤਾਂ ਕੀ ਕਰੋਗੇ, ਤੁਸੀਂ ਉਹ ਟੋਕਨ ਨੰਬਰ ਨਾਲ ਲੈ ਕੇ ਆਓਗੇ, ਮੀਨਸ ਉਹ ਰਿਸਿਪਟ ਵੀ ਨਾਲ ਲੈ ਕੇ ਆਓਗੇ, ਤੇ ਬਿਲਡਿੰਗ ਨੰਬਰ 32 ਐਂਡ ਰੂਮ ਨੰਬਰ 101 ਦੇ ਵਿੱਚ ਜਾ ਕੇ ਤੁਸੀਂ ਆਪਣੇ ਸਰਟੀਫਿਕੇਟਸ ਨੂੰ ਕਲੈਕਟ ਕਰ ਸਕਦੇ ਹੋ। ਆਓ ਅੱਗੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਸਰਟੀਫਿਕੇਟ ਨੂੰ ਅਪਲਾਈ ਕਰਨਾ ਹੈ ਅਤੇ ਇਹਨਾਂ ਸਰਟੀਫਿਕੇਟ ਦੀ ਕਿੰਨੀ ਕਿੰਨੀ ਫੀਸ ਹੈ। ਸੋ ਇਹਦੇ ਲਈ ਮੈਨੂੰ ਸਭ ਤੋਂ ਪਹਿਲਾਂ ਆਈ ਐਗਰੀ 'ਤੇ ਕਲਿੱਕ ਕਰਾਂਗਾ, ਪ੍ਰੋਸੀਡ 'ਤੇ ਕਲਿੱਕ ਕਰਾਂਗਾ ਅਤੇ ਕੁਛ ਮੇਰੀਆਂ ਡਿਟੇਲਸ ਆ ਗਈਆਂ ਨੇ ਜੋ ਕਿ ਮੇਰੇ ਫਰੈਂਡ ਨਾਲ ਰਿਲੇਟਡ ਨੇ। ਸੋ ਇਹਦੇ ਵਿੱਚ ਤੁਹਾਡੇ ਸਾਹਮਣੇ ਹਰ ਇੱਕ ਸਰਟੀਫਿਕੇਟ ਲਿਖਾ ਹੋਇਆ ਜੋ ਤੁਹਾਨੂੰ ਮਿਲ ਸਕਦਾ ਹੈ ਕਿ ਇਹਦੇ 200 ਚਾਰਜਿਸ ਨੇ, ਇਹਦੇ 200 ਨੇ, 200 ਮਾਈਗ੍ਰੇਸ਼ਨ ਸਰਟੀਫਿਕੇਟ ਦੇ 500 ਨੇ, ਪ੍ਰੋਗਰਾਮ ਕੰਪਲੀਸ਼ਨ ਦੇ 200 ਨੇ, ਪ੍ਰੋਵੀਜ਼ਨਲ ਡਿਗਰੀ ਦੇ ਸਿਰਫ ਕਿੰਨੇ ਨੇ 100। ਸੋ ਪ੍ਰੋਸੈਸ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ। ਜੇ ਤਾਂ ਤੁਸੀਂ ਮੰਨ ਲਓ ਪ੍ਰੋਵੀਜ਼ਨਲ ਡਿਗਰੀ ਹੀ ਲੈਣੀ ਹੈ ਤਾਂ ਜਸਟ ਉੱਤੇ ਕਲਿੱਕ ਕਰ ਦੇਣਾ ਹੈ। ਔਰ ਹਾਂ, ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਇੱਕ ਸਰਟੀਫਿਕੇਟ ਇਹਦੇ ਵਿੱਚ ਨਹੀਂ ਆ ਰਿਹਾ ਜੋ ਤੁਸੀਂ ਦੇਖਿਆ ਹੋਏਗਾ, ਗ੍ਰੇਡ ਵਾਲਾ ਸਰਟੀਫਿਕੇਟ ਇੱਕ ਹੁੰਦਾ ਹੈ, ਮੀਨਸ ਗ੍ਰੇਡ ਵਾਲੀ ਸ਼ੀਟ। ਜੇ ਤਾਂ ਉਹ ਤੁਹਾਨੂੰ ਇਸ਼ੂ ਹੋ ਚੁੱਕੀ ਹੈ ਤਾਂ ਉਹ ਇਹਦੇ ਵਿੱਚ ਨਹੀਂ ਆਏਗੀ। ਜੋ ਹਜੇ ਤੱਕ ਨਹੀਂ ਇਸ਼ੂ ਹੋਈ ਹੈ, ਤੁਸੀਂ ਖੁਦ ਕਲੈਕਟ ਕਰਨਾ ਚਾਹੁੰਦੇ ਹੋ ਜਾਂ ਬਾਈ ਪੋਸਟ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਫ੍ਰੀ ਆਫ ਕਾਸਟ ਵੀ ਮੰਗਾ ਸਕਦੇ ਹੋ। ਪਰ ਹਾਂ, ਪੋਸਟਿੰਗ ਦੇ ਪੈਸੇ ਲੱਗਣਗੇ, ਯਾਨੀ ਕਿ ਜੇ ਬਾਈ ਪੋਸਟ ਮੰਗਾਉਣਾ ਹੈ, ਸਰਟੀਫਿਕੇਟ ਦੇ ਕੋਈ ਫੀ ਚਾਰਜਸ ਨਹੀਂ ਨੇ, ਮੀਨਸ ਫੀਸ ਉਹਦੀ ਜ਼ੀਰੋ ਹੈ। ਪਰ ਕਿਉਂਕਿ ਉਹ ਇਸ਼ੂ ਹੋ ਚੁੱਕਾ ਹੈ ਇਸ ਲਈ ਇੱਥੇ ਨਹੀਂ ਆ ਰਿਹਾ, ਮੀਨਸ ਉਹ ਫ੍ਰੀ ਆਫ ਕਾਸਟ ਹੀ ਤੁਹਾਨੂੰ ਮਿਲੇਗਾ, ਬਸ ਪੋਸਟਲ ਚਾਰਜਿਸ ਹੀ ਤੁਹਾਨੂੰ ਦੇਣੇ ਪੈਣਗੇ ਉਹ ਲਈ। ਠੀਕ ਹੈ ਜੀ, ਅਸੀਂ ਸੈਲਫ 'ਤੇ ਕਲਿੱਕ ਕਰਾਂਗੇ, ਇਹਦਾ ਮਤਲਬ ਹੈ ਅਸੀਂ ਖੁਦ ਲੈਣ ਜਾਣਾ ਚਾਹੁੰਦੇ ਹਾਂ ਉਹ, ਅਤੇ ਇੱਥੇ ਮੈਂ ਆਪਣਾ ਫੋਨ ਨੰਬਰ ਭਰਾਂਗਾ ਜੋ ਵੀ ਮੇਰਾ ਫੋਨ ਨੰਬਰ ਹੈ, ਅਤੇ ਕੋਈ ਈਮੇਲ ਆਈਡੀ ਭਰਾਂਗਾ ਜਿਹਦੇ 'ਤੇ ਮੈਂ ਚਾਹੁੰਦਾ ਹਾਂ ਕਿ ਮੈਨੂੰ ਮੈਸੇਜ ਵਗੈਰਾ ਆਵੇ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜੋ ਵੀ ਰਿਸਿਪਟ ਹੈ। ਠੀਕ ਹੈ, ਔਰ ਇੱਥੋਂ ਜਸਟ ਕੀ ਕਰਨਾ ਹੈ, ਅਪਲਾਈ ਕਰ ਦੇਣਾ ਹੈ। ਠੀਕ ਹੈ, ਕਿਉਂਕਿ ਮੈਂ ਕੀ ਕਰਾਂਗਾ, ਇਹ ਸੈਲਫ ਨਹੀਂ ਲੈਣ ਜਾਣਾ ਚਾਹੁੰਦਾ ਹਾਂ, ਮੈਂ ਚਾਹੁੰਦਾ ਕਿ ਬਾਈ ਪੋਸਟ ਜਾਵਾਂ, ਤਾਂ ਮੈਂ ਇੱਥੇ ਬਾਈ ਪੋਸਟ ਦੇ 'ਤੇ ਕਲਿੱਕ ਕਰ ਦੇਵਾਂਗਾ। ਹੁਣ ਬਾਈ ਪੋਸਟ ਵਿੱਚ ਵੀ ਫਰਦਰ 3 ਆਪਸ਼ਨ ਨੇ ਕਿ ਤੁਸੀਂ ਪੰਜਾਬ ਦੇ ਵਿੱਚ ਇਹਨੂੰ ਮੰਗਾਉਣਾ ਚਾਹੁੰਦੇ ਹੋ, ਜਾਂ ਪੰਜਾਬ ਤੋਂ ਬਾਹਰ ਮੰਗਾਉਣਾ ਚਾਹੁੰਦੇ ਹੋ, ਜਾਂ ਇੰਡੀਆ ਤੋਂ ਵੀ ਬਾਹਰ ਮੰਗਾਉਣਾ ਚਾਹੁੰਦੇ ਹੋ। ਤਾਂ ਜਿਸ ਜਿਸ ਤਰ੍ਹਾਂ ਨਾਲ ਤੁਸੀਂ ਕਲਿੱਕ ਕਰੋਗੇ, ਉਸ ਉਸ ਤਰੀਕੇ ਦੇ ਨਾਲ ਇੱਥੇ ਫੀਸ ਬਦਲੀ ਜਾਏਗੀ। ਜਿੱਦਾਂ ਤੁਸੀਂ ਦੇਖਦੇ ਹੋ ਕਿ ਜੇ ਪੰਜਾਬ ਵਿੱਚ ਹੀ ਇਹ ਸਰਟੀਫਿਕੇਟ ਮੰਗਾਉਣੇ ਨੇ, ਚਾਹੇ ਤੁਸੀਂ ਜਿੰਨੇ ਮਰਜ਼ੀ ਮੰਗਾ ਲਓ, ਪਰ ਉਹਨਾਂ ਦੀ ਜਿਹੜੀ ਫੀਸ ਹੈ ਇੱਕ ਹੀ ਰਹੇਗੀ। ਅਤੇ ਹਾਂ, ਪਰ ਇਹਨਾਂ ਸਰਟੀਫਿਕੇਟ ਦੀ ਫੀਸ ਜ਼ਰੂਰ ਵਧ ਜਾਏਗੀ, ਮੀਨਸ ਇਹਦੇ 200 ਪਲੱਸ 300, ਜੇ ਇਹ ਵੀ ਮੰਗਾਉਣਾ ਹੈ ਤਾਂ ਇਹਦਾ ਮਤਲਬ ਕੀ ਹੋ ਗਿਆ ਹੈ, 500, ਮੀਨਸ 800 ਇਹ ਫੀਸ ਹੈ, ਪਲੱਸ 250 ਜੋ ਚਾਰਜਿਸ ਨੇ ਉਹ ਪੋਸਟਲ ਫੀਸ ਹੈ ਤੁਹਾਨੂੰ ਘਰ ਭੇਜਣ ਦੀ, ਮੀਨਸ ਤੁਹਾਡੇ ਸਰਟੀਫਿਕੇਟਸ ਜੋ ਘਰ ਤੁਹਾਡੇ ਆਉਣਗੇ ਉਹਨਾਂ ਦੀ। ਇਨਸਾਈਡ ਪੰਜਾਬ, ਆਊਟਸਾਈਡ ਪੰਜਾਬ 350 ਰੁਪਈਆ ਹੈ, ਅਤੇ ਜੇ ਬਿਲਕੁਲ ਇੰਡੀਆ ਤੋਂ ਬਾਹਰ ਹੀ ਮੰਗਾਉਣਾ ਹੈ ਤਾਂ ਉਹਦੇ ਕਿੰਨੀ ਚਾਰਜਿਸ ਨੇ, 3000 ਰੁਪਈਆ, ਮੀਨਸ 3000। ਇਹਦੇ ਤੋਂ ਬਾਅਦ ਬਸ ਕੰਮ ਤਾਂ ਸਿੰਪਲ ਹੀ ਹੈ ਕਿ ਤੁਸੀਂ ਪੇਮੈਂਟ ਕਰਨੀ ਹੈ, ਅਤੇ ਪਹਿਲਾਂ ਆਪਣਾ ਆਪਣਾ ਸਾਰਾ ਡਾਟਾ ਬਿਲਕੁਲ ਸਹੀ ਭਰਨਾ ਹੈ। ਸਪੋਜ਼ ਮੈਂ ਆਪਣਾ ਹੀ ਨਾਮ ਭਰ ਦਿੰਦਾ ਹਾਂ ਇੱਥੇ, ਸੋ ਐਡਰੈਸ ਭਰ ਦਿੰਦਾ ਹਾਂ। ਠੀਕ ਹੈ, ਸਟੇਟ ਭਰ ਦਿੰਦੇ ਹਾਂ, ਕੰਟਰੀ ਭਰਦੇ ਹਾਂ, ਪੋਸਟਲ ਕੋਡ, ਅਤੇ ਇਹਦੇ ਤੋਂ ਬਾਅਦ ਤਾਂ ਬਿਲਕੁਲ ਸਿੰਪਲ ਹੀ ਸਟੈਪ ਨੇ, ਆਪਾਂ ਸਿਰਫ ਕੀ ਕਰਨਾ ਹੈ, ਅਪਲਾਈ ਦੇ ਉੱਤੇ ਕਲਿੱਕ ਕਰਨਾ ਹੈ। ਸੋ ਜਿਸ ਤਰੀਕੇ ਨਾਲ ਮੈਂ ਚੀਜ਼ਾਂ ਸਿਲੈਕਟ ਕੀਤੀਆਂ ਹੋਈਆਂ ਸੀ, ਸਰਟੀਫਿਕੇਟ ਦੀ ਫੀਸ ਜੋ ਸੀ 800 ਰੁਪਈਆ, ਅਤੇ ਕਿਉਂਕਿ ਆਊਟਸਾਈਡ ਇੰਡੀਆ 'ਤੇ ਮੈਂ ਕਲਿੱਕ ਕਰ ਦਿੱਤਾ ਸੀ, ਉਹਦੇ ਵਿੱਚ ਕੀ ਆ ਰਿਹਾ ਹੈ, 3000 ਰੁਪਈਆ। ਸੋ ਇਹਦਾ ਮਤਲਬ 3800 ਟੋਟਲ ਫੀਸ ਹੋ ਗਈ ਸਾਡੀ। ਸੋ ਬਸ ਅਗਲਾ ਸਟੈਪ ਸਿਰਫ ਇਹ ਹੈ ਕਿ ਤੁਸੀਂ ਕੀ ਕਰਨੀ ਹੈ, ਇੱਥੇ ਪੇਮੈਂਟ ਕਰਨੀ ਹੈ। ਠੀਕ ਹੈ, ਇਹ ਪੇਮੈਂਟ ਕਰਨ ਲਈ ਤੁਹਾਨੂੰ ਕੀ ਕਰਨਾ ਪਏਗਾ, ਆਪਣਾ ਡੈਬਿਟ ਕਾਰਡ ਦਾ ਨੰਬਰ ਕਰਨਾ ਪਏਗਾ। ਠੀਕ ਹੈ, ਕ੍ਰੈਡਿਟ ਕਾਰਡ ਤੋਂ ਵੀ ਪੇਮੈਂਟ ਕਰ ਸਕਦੇ ਹੋ, ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਤਾਂ ਤੁਸੀਂ EMI ਵੀ ਕਰ ਸਕਦੇ ਹੋ, ਜੋ ਇਹਨਾਂ ਬੈਂਕਸ ਦੀ ਲਿਸਟ ਆ ਰਹੀ ਹੈ ਉਹਨਾਂ ਤੋਂ। ਔਰ ਜੇ ਤੁਹਾਡੇ ਕੋਲ ਪੇਟੀਐਮ ਹੈ ਤਾਂ ਤੁਸੀਂ ਪੇਟੀਐਮ ਨੂੰ ਵੀ ਯੂਜ਼ ਕਰ ਸਕਦੇ ਹੋ। ਅਤੇ ਇਹਦੇ ਤੋਂ ਬਾਅਦ ਇੱਕ ਰਸੀਦ ਜਨਰੇਟ ਹੋ ਜਾਵੇਗੀ, ਅਤੇ ਨਾਲ ਤੁਹਾਨੂੰ ਟੋਕਨ ਨੰਬਰ ਜਨਰੇਟ ਹੋ ਜਾਵੇਗਾ। ਹਾਂ, ਕਈ ਵੇਲੇ ਅਪਲਾਈ ਕਰਨ ਤੋਂ ਬਾਅਦ ਇੱਥੇ ਕੀ ਹੋਏ, ਐਰਰ ਆ ਜਾਂਦੀ ਹੈ ਕਿ ਡਾਟਾ ਮੈਨੀਪੁਲੇਟਡ ਐਰਰ। ਠੀਕ ਹੈ, ਉਸ ਐਰਰ ਦੇ ਵਜ੍ਹਾ ਨਾਲ ਇਹ ਨਹੀਂ ਕਰਨਾ ਹੈ ਕਿ ਦੁਬਾਰਾ ਪੇਮੈਂਟ ਕਰਨੀ ਹੈ, ਕਈ ਵੇਲੇ ਪੇਮੈਂਟ ਕੱਟ ਜਾਂਦੀ ਹੈ ਅਤੇ ਇੱਥੇ ਅਪਲਾਈ ਵੀ ਨਹੀਂ ਆ ਰਿਹਾ ਹੁੰਦਾ ਹੈ ਕਿ ਅਪਲਾਈ ਵੀ ਨਹੀਂ ਹੋਇਆ ਹੈ ਸਰਟੀਫਿਕੇਟ,
इस केस दे विच तुहानू घट्टो घट अद्धे घंटे तो एक घंटा इंतजार करना चाहिए है, तो बाद दे विच फिर तो अपना ई कनेक्ट अकाउंट जिहड़ा है चैक करना चाहिए है, क्योंकि अद्धे घंटे तो एक घंटे बाद जो है तुहाडा अकाउंट अपडेट हो जाता है ऑटोमैटिकली, तो उहदे विच तुहाडी जिहड़ी रिसिप्ट है वो आ जाती है जनरेट होके, मीनस टोकन नंबर आ जाता है। तो हुण सर्टिफिकेट अप्लाई करन तो बाद की करना है, जदों असी अपने जो भी पेमेंट है कर दिती है तो मुड़ सानू कि ऑप्शन ते आना है, उसी ऑप्शन ते मीन्स सर्टिफिकेट रिक्वेस्ट वाली ते, उस ऑप्शन ते आन तो बाद हुण असी कि ऑप्शन ते क्लिक करना है, सर्टिफिकेट इशू डिटेल ते ते प्रिंट रिसिप्ट ते भी असी क्लिक कर सकते हाँ। सो सब तो पहला असी देख लेंगे हाँ कि इशू डिटेल ते क्लिक किए ते की आता है, ते ये है जी सर्टिफिकेट इशू की डिटेल। ਇਹਦੇ ਵਿੱਚ ਤੁਹਾਡੇ ਕੋਲ ਉਹੀ ਟੋਕਨ ਨੰਬਰ ਆ ਰਿਹਾ ਹੈ ਜੋ ਇਨਸਟਰਕਸ਼ਨ ਵਿੱਚ ਲਿਖਿਆ ਸੀ ਕਿ ਸਾਨੂੰ ਜ਼ਰੂਰੀ ਚਾਹੀਦਾ ਹੈ ਜੇ ਅਸੀਂ ਉੱਥੇ ਵਿਜ਼ਿਟ ਕਰਕੇ ਯੂਨੀਵਰਸਿਟੀ ਹੀ ਸਰਟੀਫਿਕੇਟ ਨੂੰ ਕਲੈਕਟ ਕਰਨਾ ਹੈ। ਮੀਨਸ ਹੁਣ ਇਹਦੇ ਲਈ ਸਾਨੂੰ ਕੀ ਕਰਨਾ ਪਏਗਾ, ਪਹਿਲਾਂ ਰਿਸਿਪਟ ਤੇ ਜਾ ਕੇ ਉਸ ਰਿਸਿਪਟ ਦਾ ਪ੍ਰਿੰਟ ਆਊਟ ਕੱਢਣਾ ਪਏਗਾ, ਤਾਂ ਹੀ ਆਪਾਂ ਕਲੈਕਟ ਕਰ ਸਕਾਂਗੇ ਸਰਟੀਫਿਕੇਟ। ਸੋ ਇਹ ਹੈ ਜੀ ਪ੍ਰਿੰਟ ਰਿਸਿਪਟ ਵਾਲੀ ਸਕਰੀਨ, ਜਿਹਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਕੋਲ ਇੱਕ ਟੋਕਨ ਨੰਬਰ ਆ ਰਿਹਾ ਹੈ, ਠੀਕ ਹੈ ਜੀ। ਅਪਲਾਈ ਡੇਟ ਆ ਰਹੀ ਹੈ, ਕਿੱਦਣ ਕੀਤੀ ਸੀ ਅਪਲਾਈ ਡੇਟ ਤੋਂ ਇਲਾਵਾ ਆ ਰਿਹਾ ਹੈ ਪ੍ਰਿੰਟ ਰਿਸਿਪਟ। इस ब्लू लिंक पे क्लिक करके तुसी अपनी रिसिप्ट दा प्रिंट आउट भी ले सकते हो, ठीक है। एक होर गल याद रखने वाली कि टोकन नंबर तुहानू बहुत जरूरी चाहिए है कि जो तुसी आप कलैक्ट करना है तां तुहानू उत्थे यूनिवर्सिटी विच जाके मीनस जिहड़ा भी डिपार्टमेंट है, मीनस जिद्दां कि तुहानू पता ही है ब्लॉक नंबर 32 एंड रूम नंबर 101 दे विचों ही तुसी सर्टिफिकेट अपने कलैक्ट करने ने, जिद्दां इंस्ट्रक्शन विच लिखिया होया है। जे तुहानू उत्थे रिसिप्ट ਤੇ ਨਾਲ ਮੀਨਸ ਕਹਿਣ ਦਾ ਮਤਲਬ ਹੈ ਟੋਕਨ ਨੰਬਰ ਤੁਹਾਨੂੰ ਉੱਥੇ ਦੱਸਣਾ ਪਏਗਾ, ਤਾਂ ਹੀ ਤੁਹਾਨੂੰ ਤੁਹਾਡਾ ਸਰਟੀਫਿਕੇਟ ਉਹ ਇਸ਼ੂ ਹੋਵੇਗਾ। ਤੇ ਜੇ ਬਾਈ ਦਾ ਵੇ ਪੇਮੈਂਟ ਕਰਨ ਤੋਂ ਕਾਫੀ ਦੇਰ ਬਾਅਦ ਵੀ ਕੀ ਹੈ ਤੁਹਾਡੇ ਕੋਲ ਇਹ ਵਾਲੀ ਚੀਜ਼ ਜੋ ਇਹ ਵਾਲਾ ਡੇਟਾ ਹੈ ਉਹ ਅਪਡੇਟ ਨਹੀਂ ਹੁੰਦਾ ਹੈ, ਮੀਨਸ ਪ੍ਰਿੰਟ ਰਿਸਿਪਟ ਵਾਲੀ ਜੋ ਸਕਰੀਨ ਹੈ ਇਹਦੇ ਵਿੱਚ ਕੁਝ ਵੀ ਨਹੀਂ ਆ ਰਿਹਾ ਹੈ ਤੇ ਤੁਹਾਡੇ ਪੈਸੇ ਵੀ ਹਜੇ ਰੀਫੰਡ ਨਹੀਂ ਹੋਏ ਨੇ, ਤਾਂ ਤੁਸੀਂ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵੀ ਪਤਾ ਕਰ ਸਕਦੇ ਹੋ, ਜਾਂ RMS ਦੇ ਵਿੱਚ ਵੀ ਆਪਣੀ ਕੰਪਲੇਂਟ ਪਾ ਸਕਦੇ ਹੋ, ਜਾਂ ਜੋ ODL ਵਾਲਾ ਇੱਕ ਕੀ ਹੁੰਦਾ ਹੈ ਈਮੇਲ ਐਡਰੈਸ ਦਿੱਤਾ ਹੁੰਦਾ ਹੈ ਹਰ ਇੱਕ ਈ ਕਨੈਕਟ ਅਕਾਊਂਟ ਦੇ ਵਿੱਚ, ਤੁਸੀਂ ਨੀਚੇ ਜਾ ਕੇ ਦੇਖ ਸਕਦੇ ਹੋ, ਤੇ ਉਸ ਈਮੇਲ ਅਕਾਊਂਟ ਦੇ ਉੱਤੇ ਵੀ ਤੁਸੀਂ ਕੀ ਕਰ ਸਕਦੇ ਹੋ ਕੰਪਲੇਂਟ ਆਪਣੀ ਭੇਜ ਸਕਦੇ ਹੋ, ਤੇ ਉਹ ਤੁਹਾਨੂੰ ਜ਼ਰੂਰ ਇਨਸਟਰਕਟ ਕਰਨਗੇ ਕਿ ਕਿੱਦਾਂ ਕਿੱਦਾਂ ਕਰਨਾ ਚਾਹੀਦਾ ਹੈ, ਕਿਹਨੂੰ ਈਮੇਲ ਕਰਨੀ ਚਾਹੀਦੀ ਹੈ, ਜਾਂ ਹੋਰ ਵੀ ਕੋਈ ਪ੍ਰੋਸੈਸ ਜੋ ਲੋੜੀਂਦੀ ਹੋਵੇ ਉਹ ਤੁਹਾਨੂੰ ਦੱਸਣਗੇ। ਤੇ ਦੋਸਤੋ ਅੱਜ ਦੀ ਇਸ ਵੀਡੀਓ ਲਈ ਬਸ ਇੰਨਾ ਹੀ, ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਵੀ ਜ਼ਰੂਰ ਕਰਨਾ, ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।